ਬੀਤੇ ਦਿਨ ਹੀ ਪੰਜਾਬੀ ਇੰਡਸਟਰੀ ਨੂੰ ਹਿੱਟ ਗਾਣੇ ਦੇਣ ਵਾਲੇ ਹਿੰਮਤ ਸੰਧੂ ਦਾ ਵਿਆਹ ਹੋ ਚੁੱਕਿਆ ਹੈਗਾ। ਉੱਥੇ ਹੀ ਰਵਿੰਦਰ ਗਰੇਵਾਲ ਆਪਣੇ ਜਮਾਈ ਹਿੰਮਤ ਸੰਧੂ ਅਤੇ ਆਪਣੀ ਧੀ ਸੁਖਮਣੀ ਗਰੇਵਾਲ ਨਾਲ ਨਜ਼ਰ ਆਇਆ ਹੈਗਾ। ਰਵਿੰਦਰ ਗਰੇਵਾਲ ਆਪਣੇ ਜਮਾਈ ਹਿੰਮਤ ਸੰਧੂ ਦੇ ਕੰਨ ਦੇ ਵਿੱਚ ਕੁਝ ਗੱਲਾਂ ਕਹਿੰਦਾ ਪਿਆ ਹੈਗਾ ਅਤੇ ਤਿੰਨੋਂ ਜਾਣੇ ਬਹੁਤ ਹੀ ਖੁਸ਼ ਨਜ਼ਰ ਆਉਂਦੇ ਪਏ ਨੇ। ਬਾਕੀ ਤੁਸੀਂ ਕਮੈਂਟ ਬੋਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਜੋੜੀ ਕਿਵੇਂ ਦੀ ਲੱਗਦੀ ਪਈ ਹੈ ਅਤੇ ਨਾਲ ਦੀ ਨਾਲ ਦੋਨਾਂ ਜਾਣੇ ਨੂੰ ਬੈਸਟ ਵਿਸ਼ੇਜ਼ ਵੀ ਜ਼ਰੂਰ ਦਿਓ। ਸੋ ਉੱਥੇ ਹੀ ਲੋਕਾਂ ਦੁਆਰਾ ਹਿੰਮਤ ਸੰਧੂ ਅਤੇ ਸੁਖਮਣੀ ਗਰੇਵਾਲ ਨੂੰ ਭਰ ਭਰ ਕੇ ਪਿਆਰ ਦਿੱਤਾ ਜਾ ਰਿਹਾ ਹੈਗਾ ਅਤੇ ਨਾਲ ਦੀ ਨਾਲ ਤੁਸੀਂ ਹਿੰਮਤ ਸੰਧੂ ਅਤੇ ਸੁਖਮਣੀ ਗਰੇਵਾਲ ਦੀ ਲਾਮਾਂ ਦੀ ਵੀਡੀਓ ਵੀ ਦੇਖ ਸਕਦੇ ਹੋ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹਿੰਮਤ ਸੰਧੂ ਅਤੇ ਸੁਖਮਣੀ ਗਰੇਵਾਲ ਨੇ ਲਾਮਾਂ ਲਈਆਂ ਨੇ। ਹਿੰਮਤ ਸੰਧੂ ਅਤੇ ਰਵਿੰਦਰ ਗਰੇਵਾਲ ਨੂੰ ਚਾਹੁਣ ਵਾਲਿਆਂ ਦੁਆਰਾ ਦੋਨਾਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਬਾਕੀ ਹੋਰ ਅਪਡੇਟਸ ਲਈ ਲਗਾਤਾਰ ਚੈਨਲ 'ਤੇ ਬਣੇ ਰਹੋ, ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ, ਰੱਬ ਰਾਖਾ।